ਹੈਲੋ एवरीवन वेलकम बैक टू माय चैनल होप ਤੁਸੀਂ ਸਾਰੇ ਨੇ ਵਧੀਆ ਹੋਵੋਗੇ ਤਾਂ ਅੱਜ ਤੁਹਾਡੀ ਨਵੀਂ ਅਪਡੇਟ ਨਵੀਂ ਵੀਡੀਓ ਲੈ ਕੇ ਆਈਆਂ ਮੈਂ ਤੇ ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਜਿਹੜੇ ਹੁਣੇ ਟਰਮ 2 ਦੇ ਪੇਪਰ ਹੋਏ ਸੀ ਉਹਨਾਂ ਬਾਰੇ ਗੱਲ ਕਰਾਂਗੇ ਠੀਕ ਹੈ ਪਰ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਜਿਹੜੇ ਸਟੂਡੈਂਟਸ ਮੇਰੇ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਦੇਣ ਤਾਂ ਕਿ ਉਹ ਨੈਕਸਟ ਅਪਡੇਟ ਦੇ ਨਾਲ ਵੀ ਜੁੜ ਸਕਣ ਠੀਕ ਹੈ ਤਾਂ ਸਟਾਰਟ ਕਰਦੇ ਹਾਂ ਵੀਡੀਓ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਨੂੰ ਓਵਰਵਿਊ ਦੇ ਦੇਣੀ ਆ ਕਿ ਇਹ ਵੀਡੀਓ ਹੈ ਜਿਹੜੇ ਕਿ ਪੇਪਰ ਹੋਏ ਸੀ ਟਰਮ 2 ਦੇ ਠੀਕ ਹੈ ਉਹਨਾਂ ਨਾਲ ਰਿਲੇਟਡ ਵੀਡੀਓ ਹੈ ਪਲੱਸ 2 ਦੇ ਸਟੂਡੈਂਟਸ ਲਈ ਇੰਪੋਰਟੈਂਟ ਵੀਡੀਓ ਹੈ 10th ਵਾਲੇ ਵੀ ਸੁਣ ਸਕਦੇ ਹੋ ਉਹਨਾਂ ਨੂੰ ਵੀ ਥੋੜੀ ਨੌਲੇਜ ਹੋ ਜਾਏਗੀ ਠੀਕ ਹੈ ਤਾ ਇਸ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਸਟੂਡੈਂਟਸ ਦੀ ਪਲੱਸ 2 ਦਾ ਰਿਜ਼ਲਟ ਆਇਆ ਸੀ ਪਲੱਸ 2 ਦਾ ਰਿਜ਼ਲਟ ਆਇਆ ਹੈ ਤੇ ਕਈ ਸਟੂਡੈਂਟਸ ਨੇ ਨੰਬਰ ਬਹੁਤ ਵਧੀਆ ਆਇਆ ਹੈ ਟੌਪ ਕੀਤਾ ਹੈ ਗਿਆ ਨੇ ਕਈ ਸਟੂਡੈਂਟਸ ਨੇ ਨੰਬਰ ਠੀਕ ਠੀਕ ਆਇਆ ਸੈਟੀਸਫਾਈਡ ਨੇ ਆਪਣੇ ਰਿਜ਼ਲਟ ਤੋਂ ਕਈ ਸਟੂਡੈਂਟਸ ਨੇ ਜਿਹੜੇ ਉਹ ਆਪਣੇ ਰਿਜ਼ਲਟ ਤੋਂ ਸੈਟੀਸਫਾਈਡ ਨਹੀਂ ਹੈਗੇ ਉਹ ਕਹਿ ਰਹੇ ਹੈ ਕਿ ਮੇਰਾ ਪੇਪਰ ਵਧੀਆ ਹੋਇਆ ਸੀ ਬਟ ਮੇਰੇ ਨੰਬਰ ਘਟ ਦਿੱਤੇ ਗਏ ਮੈਨੂੰ ਪੇਪਰਸ ਨੰਬਰ ਵਧੀਆ ਨਹੀਂ ਦਿੱਤੇ ਗਏ ਟੀਚਰਸ ਨੇ ਸਟ੍ਰਿਕਟ ਮਾਰਕਿੰਗ ਕੀਤੀ ਆਪਾਂ ਇਦਾਂ ਕਹਿ ਸਕਦੇ ਹਾਂ ਆਪਣੇ ਰਿਜ਼ਲਟ ਤੋਂ ਸੈਟੀਸਫਾਈਡ ਨਹੀਂ ਹੈਗੇ ਤਾਂ ਉਹਨਾਂ ਬੱਚਿਆਂ ਲਈ ਇਹ ਜਿਆਦਾ ਜ਼ਰੂਰੀ ਵੀਡੀਓ ਹੈ ਉਹ ਵੀਡੀਓ ਪੂਰੀ ਲਾਸਟ ਤੱਕ ਜ਼ਰੂਰ ਦੇਖਣ ਠੀਕ ਹੈ ਤਾਂ ਇੰਨਾ ਬੱਚਿਆਂ ਲਈ ਜਿਹੜੇ ਪੇਪਰ ਤੋਂ ਅਨਸੈਟੀਸਫਾਈ ਨਹੀਂ ਹੈਗੇ ਉਹਨਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀ ਕੀਤਾ ਹੈ ਹੁਣ ਰੀ ਚੈਕਿੰਗ ਤੇ ਰੀਵੈਲੂਏਸ਼ਨ ਦੇ ਫਾਰਮ ਕੱਢੇ ਨੇ ਰੀ ਚੈਕਿੰਗ ਰੀਵੈਲੂਏਸ਼ਨ ਕੀ ਹੁੰਦਾ ਹੈ ਦੇਖੋ ਤੁਸੀਂ ਆਪਣਾ ਪੇਪਰ ਦੇ ਕੇ ਆਏ ਹੋ ਤੁਹਾਡਾ ਪੇਪਰ ਰਿਜ਼ਲਟ ਆ ਗਿਆ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਮੇਰੇ ਰਿਜ਼ਲਟ ਤੋਂ ਮੈਂ ਸੈਟੀਸਫਾਈ ਨਹੀਂ ਹੈਗਾ ਤਾਂ ਉਸ ਕੇਸ 'ਚ ਤੁਸੀਂ ਦੋ ਚੀਜ਼ਾਂ ਦੋ ਆਪਸ਼ਨਸ ਨੇ ਤੁਹਾਡੇ ਕੋਲੇ ਠੀਕ ਹੈ ਇੱਕ ਹੈ ਰੀਵੈਲਿਊਏਸ਼ਨ ਇੱਕ ਹੈ ਰੀਚੈਕਿੰਗ ਰੀਚੈਕਿੰਗ ਦੇ ਵਿੱਚ ਕੀ ਹੋਏਗਾ ਰੀਚੈਕਿੰਗ ਦੇ ਵਿੱਚ ਇਦਾਂ ਹੁੰਦਾ ਹੈ ਕਿ ਤੁਹਾਡੇ ਪੇਪਰ ਹੈ ਜਿਹੜੇ ਉਹਦੇ ਨੰਬਰਸ ਨੇ ਉਹ ਦੁਬਾਰਾ ਕਾਊਂਟ ਕੀਤੇ ਜਾਂਦੇ ਆ ਠੀਕ ਹੈ ਵੀ ਕੋਈ ਕੈਲਕੂਲੇਟਿੰਗ 에ਰਰ ਤਾਂ ਨਹੀਂ ਲੱਗਿਆ ਕੋਈ ਕੈਲਕੂਲੇਸ਼ਨ ਦੇ ਵਿੱਚ ਟੀਚਰਸ ਤੋਂ 에ਰਰ ਤਾਂ ਨਹੀਂ ਲੱਗਿਆ ਕੋਈ ਕਿਤੇ ਜਗ੍ਹਾ ਤੇ ਨੰਬਰ ਦਿੱਤੇ ਹੋਣ ਕਾਊਂਟ ਨਾ ਕੀਤੇ ਗਏ ਹੋਣ ਠੀਕ ਹੈ ਉਹ ਹੁੰਦੀ ਹੈ ਰੀਚੈਕਿੰਗ ਤੇ ਰੀਵੈਲਿਊਏਸ਼ਨ ਕੀ ਹੁੰਦੀ ਹੈ ਤੁਹਾਡਾ ਪੂਰਾ ਪੇਪਰ ਦੇਖਿਆ ਜਾਏਗਾ ਪੇਪਰ ਦੇਖ ਕੇ ਤੁਹਾਡਾ ਪੇਪਰ ਦੁਬਾਰਾ ਤੋਂ ਚੈੱਕ ਕੀਤਾ ਜਾਏਗਾ ਤੁਹਾਨੂੰ ਹਰ ਕੁਐਸਚਨ 'ਚ ਦੁਬਾਰਾ ਨੰਬਰ ਦਿੱਤੇ ਜਾਣਗੇ ਠੀਕ ਹੈ ਤੇ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਨੰਬਰ ਘੱਟ ਵੀ ਸਕਦੇ ਆ ਤੇ ਵੱਧ ਵੀ ਸਕਦੇ ਆ ਰੀਚੈਕਿੰਗ 'ਚ ਤਾਂ ਚਲੋ ਨੰਬਰ ਕੱਟਨੇ ਦਾ ਕੀ ਹੈ ਵਧਣਗੇ ਹੀ ਰੀਚੈਕਿੰਗ 'ਚ ਨੰਬਰ ਕੱਟਣ ਦੇ ਬਹੁਤ ਕਾਟ ਚਾਂਸਸ ਹੁੰਦੇ ਆ ਰੀਵੈਲਿਊਸ਼ਨ ਦੇ ਵਿੱਚ ਨੰਬਰ ਘੱਟ ਸਕਦੇ ਆ ਕਿਉਂ ਘੱਟ ਸਕਦੇ ਕਿਉਂਕਿ ਕਈ ਵਾਰੀ ਟੀਚਰ ਹੁੰਦਾ ਉਹ ਇਹ ਕਹਿੰਦਾ ਇੱਕ ਨੰਬਰ ਜੇ ਉਹਨੇ ਪੰਜ ਨੰਬਰ ਦਿੱਤੇ ਹੁੰਦੇ ਦੁਬਾਰਾ ਜਦੋਂ ਪੇਪਰ ਚੈੱਕ ਹੁੰਦਾ ਤਾਂ ਦੂਸਰਾ ਟੀਚਰ ਉਸੇ ਕੁਸ਼ਨ ਦੇ ਚਾਰ ਨੰਬਰ ਦੇ ਦਿੰਦਾ ਠੀਕ ਹੈ ਇਸ ਕੇਸ ਚ ਨੰਬਰ ਕੱਟ ਸਕਦਾ ਰੀਵੈਲਿਊਸ਼ਨ ਦੇ ਵਿੱਚ ਨੰਬਰ ਕੱਟ ਸਕਦੇ ਆ ਬਟ ਰੀ ਚੈਕਿੰਗ ਦੇ ਵਿੱਚ ਨੰਬਰ ਕੱਟਣ ਦੇ ਬਹੁਤ ਘੱਟ ਚਾਂਸਸ ਨੇ ਠੀਕ ਹੈ ਤਾਂ ਇਹਨਾਂ ਦੋਨੋਂ ਚੀਜ਼ਾਂ ਨੂੰ ਦੇਖਦੇ ਹੋਏ ਤੁਸੀਂ ਫਾਰਮ ਫਿਲ ਕਰਨਾ ਜਿਹੜੇ ਸਟੂਡੈਂਟਸ ਆਪਣੇ ਰਿਜ਼ਲਟ ਤੋਂ ਅਨਸੈਟੀਸਫਾਈਡ ਨੇ ਉਹਨਾਂ ਲਈ ਰੀ ਚੈਕਿੰਗ ਕੀ ਹੁੰਦੀ ਹੈ ਰੀਚੈਕਿੰਗ ਦੇ ਵਿੱਚ ਤੁਹਾਡਾ ਪੇਪਰ ਹੈ ਸਿਰਫ ਉਹਦੇ ਨੰਬਰਸ ਦੀ ਜੋ ਜੋ ਨੰਬਰ ਟੀਚਰ ਨੇ ਦਿੱਤੇ ਨੇ ਉਹਦੀ ਦੁਬਾਰਾ ਤੋਂ ਕਾਊਂਟਿੰਗ ਹੋਏਗੀ ਕਿ ਕੋਈ ਨੰਬਰ ਰਹਿ ਪਾ ਨਹੀਂ ਜਾਂ ਕਾਊਂਟ ਕਰਨ ਨੂੰ ਗਲਤ ਕਾਊਂਟਿੰਗ ਤਾਂ ਨਹੀਂ ਕਰਤੀ ਤੇ ਰੀਚੈਕਿੰਗ ਰੀਵੈਲਿਊਸ਼ਨ ਦੇ ਵਿੱਚ ਕੀ ਹੋਏਗਾ ਰੀਵੈਲਿਊਸ਼ਨ ਤੁਹਾਡੇ ਪੂਰੇ ਪੇਪਰ ਨੂੰ ਦੇਖਿਆ ਜਾਏਗਾ ਤੁਹਾਨੂੰ ਹਰ ਕੁਐਸਚਨ ਦੇ ਤੁਹਾਨੂੰ ਦੁਬਾਰਾ ਤੋਂ ਨੰਬਰ ਦਿੱਤੇ ਜਾਣਗੇ ਠੀਕ ਹੈ ਤੇ ਜਿਹੜੇ ਸਟੂਡੈਂਟਸ ਫੇਲ ਨੇ फेल स्टूडेंट्स ਲਈ ਪੰਜਾਬ ਸਕੂਲ ਸਿੱਖਿਆ ਬੋਰਡ ਕੰਪਾਰਟਮੈਂਟ ਡੇ ਜਾਂ ਫਿਰ ਰੀਪੀਅਰ ਦੇ ਪੇਪਰ ਕੱਢੇਗਾ ਉਹ ਸਟੂਡੈਂਟਸ ਉਹ ਪੇਪਰ ਭਰਨਗੇ ਉਹਨਾਂ ਦੇ ਵਿੱਚ ਦੁਬਾਰਾ ਤੋਂ ਪੇਪਰ ਹੋਏਗਾ ਉਹਨਾਂ ਦਾ ਠੀਕ ਹੈ ਉਹਦੇ ਵਿੱਚ ਪੂਰਾ ਪੇਪਰ ਦੁਬਾਰਾ ਤੋਂ ਦੇਣਗੇ ਤੇ ਫਿਰ ਜਿਹੜੇ ਕੰਪਾਰਟਮੈਂਟ ਦੇ ਪੇਪਰ ਦੇ ਵਿੱਚ ਨੰਬਰ ਆਣਗੇ ਉਹਨਾਂ ਦੇ ਉਹ ਨੰਬਰ ਮੰਨੇ ਜਾਣਗੇ ਠੀਕ ਹੈ ਜੇ ਉਹਦੇ ਵਿੱਚ ਵੀ ਫੇਲ ਹੋ ਜਾਂਦੇ ਆ ਤਾਂ ਉਹਨਾਂ ਨੂੰ ਦੁਬਾਰਾ ਤੋਂ ਪੇਪਰ ਦੇਣਾ ਪਏਗਾ ਮਤਲਬ ਹਰ ਸਬਜੈਕਟ ਦੇ ਵਿੱਚ ਪਾਸ ਹੋਣਾ ਜ਼ਰੂਰੀ ਹੈ ਠੀਕ ਹੈ ਰੀਚੈਕਿੰਗ ਤੇ ਰੀਵੈਲੂਏਸ਼ਨ ਦਾ ਮਤਲਬ ਸਮਝ ਆ ਗਿਆ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀ ਨੋਟੇ ਜਾਰੀ ਕੀਤਾ ਗਿਆ ਹੈ ਉਹਦੀ ਗੱਲ ਕਰ ਲੈਣੇ ਆ ਪੀਐਸਬੀ ਅਲਰਟ ਰੀਚੈਕਿੰਗ ਰੀਵੈਲੂਏਸ਼ਨ ਲਈ 12ਵੀਂ ਦੇ ਵਿਦਿਆਰਥੀ 5 ਜੂਨ ਐਤੋਂ ਕਦੋਂ ਅਪਲਾਈ ਜਾਣੂ ਪ੍ਰੋਸੈਸ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਿਹੜਾ ਆਹ ਪੇਪਰ ਹੋਏ ਸੀ ਟਰਮ 2 ਦੇ ਉਹਨਾਂ ਲਈ ਟਰਮ 1 ਦੇ ਪੇਪਰਾਂ ਲਈ ਕੋਈ ਵੀ ਰੀਚੈਕਿੰਗ ਰੀਵੈਲੂਸ਼ਨ ਦੇ ਫਾਰਮ ਪਹਿਲਾਂ ਕੱਢੇ ਗਏ ਸੀ ਹੁਣ ਨਹੀਂ ਹੈਗੇ ਹੁਣ ਟਰਮ 2 ਦੇ ਨੇ ਠੀਕ ਹੈ ਇਹਦੇ ਵਿੱਚ ਤੁਸੀਂ ਜਿਹੜੇ ਓਪਨ ਸਕੂਲ ਦੇ ਮਤਲਬ ਪ੍ਰਾਈਵੇਟ ਸਟੂਡੈਂਟਸ ਨੇ ਇਹ ਉਹ ਵੀ ਪੇਪਰ ਭਰ ਸਕਦੇ ਆ ਜ਼ਰੂਰੀ ਨਹੀਂ ਹੈ ਕਿ ਇਹ ਸਿਰਫ ਸਕੂਲ ਗoing ਦੇ ਰੈਗੂਲਰ ਸਟੂਡੈਂਟਸ ਲਈ ਹੈ ਪ੍ਰਾਈਵੇਟ ਜਿਨ੍ਹਾਂ ਨੇ ਪੇਪਰ ਦਿੱਤੇ ਆ ਉਹ ਵੀ ਭਰ ਸਕਦੇ ਆ ਠੀਕ ਹੈ ਉਹ ਵੀ ਭਰ ਸਕਦੇ ਪੇਪਰ ਤੇ ਫਾਰਮ ਕਦੋਂ ਤੋਂ ਕਦੋਂ ਭਰੇ ਜਾਣਗੇ 5 ਜੁਲਾਈ ਤੋਂ ਲੈ ਕੇ 14 ਜੁਲਾਈ ਤੱਕ 14 ਜੁਲਾਈ ਤੱਕ ਫਾਰਮ ਭਰੇ ਜਾਣਗੇ 5 ਤੋਂ 14 ਜੁਲਾਈ ਤੱਕ ਫਾਰਮ ਭਰੇ ਜਾਣਗੇ ਤੇ ਫਾਰਮ ਔਨਲਾਈਨ ਪਰ ਰਿਜਾਣਗੇ ਆਫਲਾਈਨ ਕੋਈ ਵੀ ਫਾਰਮ ਨਹੀਂ ਭਰਿਆ ਜਾਏਗਾ ਤੁਸੀਂ ਮੋਹਾਲੀ ਜਾ ਕੇ ਕੋਈ ਵੀ ਫਾਰਮ ਸਬਮਿਟ ਨਹੀਂ ਕਰਾਣਾ ਫਾਰਮ ਭਰਿਆ ਜਾਏਗਾ ਤੇ ਜਿਹੜੀ ਫੀਸ ਹੋਏਗੀ ਉਹ ਆਨਲਾਈਨ ਹੀ ਜਾਏਗੀ ਫੀਸ ਤੁਸੀਂ ਆਪਣੇ ਸਕੂਲ ਵਾਲਿਆਂ ਨੂੰ ਨਹੀਂ ਦੇਣੀ ਹੈ ਫੀਸ ਸਿੱਧਾ ਤੁਸੀਂ ਕੈਫੇ ਤੇ ਜਾਓ ਉਹਨਾਂ ਨੂੰ ਕਹੋ ਕਿ ਅਸੀਂ ਰੀਪੀਅਰ ਰਿਵੋਲੂਸ਼ਨ ਦੇ ਫਾਰਮ ਭਰਨੇ ਆ 12th ਕਲਾਸ ਦੇ ਉਹ ਤੁਹਾਡੇ ਫਾਰਮ ਭਰਨਗੇ ਉੱਤੇ ਜੋ ਵੀ ਫੀਸ ਮੈਂਸ਼ਨ ਕੀਤੀ ਗਈ ਹੈ ਸਿੱਧਾ ਉਹ ਤੁਸੀਂ ਪੇ ਕਰੋਗੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲਿਆਂ ਦੀ ਫੀਸ ਹੋਏਗੀ ਉਹ ਤੇ ਤੁਸੀਂ ਉਹ ਫੀਸ ਦੇਣੀ ਹੈ ਠੀਕ ਹੈ ਪੇ ਕਰਨੀ ਹੈ 5 ਜੁਲਾਈ ਤੋਂ 14 ਜੁਲਾਈ ਤੱਕ ਤਾਂ ਉਸ ਤੋਂ ਬਾਅਦ 514 ਤੋਂ ਬਾਅਦ ਕੋਈ ਵੀ ਰੀਪੀਅਰ ਜਾਂ ਫਿਰ ਰੀਵੈਲੂਸ਼ਨ ਦਾ ਫਾਰਮ ਨਹੀਂ ਭਰਿਆ ਜਾਏਗਾ ਏਸ ਹੀ ਐਜ਼ ਇੰਪੋਰਟੈਂਟ ਅਪਡੇਟ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰਿਓ ਵੀਡੀਓ ਆਪਣੇ ਫਰੈਂਡਸ ਸਾਥ ਵੀ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਇੰਪੋਰਟੈਂਟ ਅਪਡੇਟ ਮਿਲ ਸਕੇ ਤੇ ਜਿਹੜੇ ਵੀਅਰ ਜਿਹੜੇ ਸਟੂਡੈਂਟਸ ਮੇਰੇ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਦੇਣ ਥੈਂਕ ਯੂ ਗਾਇਸ ਫॉर ਵਾਚਿੰਗ ਮਾਈ ਵੀਡੀਓ